जय हिंद जी। इस वेले असीं खड़े हां जी बेला चौंक विखे। अज असीं तुहानूं दिखावांगे कि सफाई कर्मचारी जिहड़े किस तरह लगे हुए ने। असीं देख सकते हां कि साढ़े पिछे सारा मंजर है, बेला चौंक है जी, जिहनूं शहीद भगत सिंह दे चौंक दे नां नाल जाणा जांदा है। सफाई कर्मचारी बिल्कुल सफाई कर रहा है, शहर बिल्कुल साफ सुथरा है, इहदे विच कोई शक वाली गल नहीं है। अज असीं तुहानूं अगे दिखावांगे कि ਰੋਪੜ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਦੇ ਵਿੱਚ ਵੱਖ ਵੱਖ ਤਸਵੀਰਾਂ ਦਿਖਾਵਾਂਗੇ ਜਿੱਥੇ ਕਿ ਸਫਾਈ ਕਰਮਚਾਰੀ ਅੱਜ ਕਿਸ ਤਰ੍ਹਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਡਿਊਟੀਆਂ ਨਿਭਾ ਰਹੇ ਨੇ। ਅਤੇ ਮੈਂ ਪੰਜਾਬ ਸਰਕਾਰ ਤੋਂ ਵੀ ਇਹੀ ਉਮੀਦ ਕਰਦਾ ਹਾਂ ਸਫਾਈ ਕਰਮਚਾਰੀ ਜਿਹੜੇ ਆ ਬਿਲਕੁਲ ਆਪਣੀ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਹੇ ਹੈ। ਇਸ ਵੇਲੇ ਅਸੀਂ ਬੇਲਾ ਚੌਂਕ ਦੇ ਵਿੱਚ ਖੜ੍ਹੇ ਹਾਂ ਜਿੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਰਮਚਾਰੀ ਕਿਸ ਤਰ੍ਹਾਂ ਇਹ ਡਿਊਟੀ ਨਿਭਾ ਰਹੇ ਹਨ। ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਰੋਪੜ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਦੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਜਿਹੜੀ ਕੀਤੀ ਜਾ ਰਹੀ ਸੇਵਾ, ਯਾਨੀ ਕਹਿਣ ਦਾ ਮਤਲਬ ਜਿਹੜੀ ਹੈ ਇਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਬਹੁਤ ਹੀ ਜਿਹੜੀ ਹੈ ਸ਼ਲਾਘਾਯੋਗ ਹੈ, ਕਿਉਂਕਿ ਅੱਜ ਕਰਫਿਊ ਦੇ ਦੌਰਾਨ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ ਜਿੱਥੇ ਪੰਜਾਬ ਪੁਲਿਸ ਅਤੇ ਤੁਹਾਡੇ ਨਰਸਾਂ ਡਾਕਟਰ ਸਾਰੇ ਆਪਣੇ ਆਪਣੀ ਡਿਊਟੀ ਨਿਭਾ ਰਹੇ ਹਨ। ਇਸੇ ਤਰ੍ਹਾਂ ਅਸੀਂ ਵੀ ਪੱਤਰਕਾਰ ਜਾਣੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਲੋਕ ਘਰਾਂ ਦੇ ਵਿੱਚ ਕੈਦ ਹਨ, ਅਸੀਂ ਕੁਝ ਕਰਮਚਾਰੀਆਂ ਦੇ ਨਾਲ ਗੱਲ ਵੀ ਕਰਾਂਗੇ ਸਫਾਈ ਕਰਮਚਾਰੀ ਦੇ ਨਾਲ। ਆਓ ਗੱਲ ਕਰਦੇ ਹਾਂ, ਘੱਟ ਕਰ ਸਫਾਈ ਕਰਮਚਾਰੀ ਸਾਡੇ ਨਾਲ ਖੜ੍ਹੇ ਹੈ, ਅਸੀਂ ਗੱਲ ਕਰਦੇ ਹਾਂ ਤੁਹਾਡੇ ਕੋਲ ਜਿਹੜੇ ਤੁਹਾਡੇ ਸਫਾਈ ਕਰਮਚਾਰੀ ਹੋਰ ਆ ਹੋਰ ਕਿੱਧਰ ਕਿੱਧਰ ਗਏ ਆ? ਸਾਰੇ ਵਾਰਡਾਂ 'ਚ ਜੀ ਆਪਣੇ ਇਲਾਕੇ 'ਚ। ਅੱਛਾ, ਹਾਂਜੀ। ਅਤੇ ਕਿੰਨੇ ਦਿਨਾਂ ਤੋਂ ਲਗਾਤਾਰ ਸਫਾਈ ਕਰ ਰਹੇ ਹੋ? ਜਿੱਦਣ ਦਾ ਕਰਫਿਊ ਲੱਗਾ ਜੀ। ਜੀ, ਹਾਂਜੀ। ਅਤੇ ਕੋਈ ਤੁਹਾਨੂੰ ਸਫਾਈ ਵਾਸਤੇ ਕੋਈ ਮਿਲਿਆ ਕੁਛ? ਹਾਂਜੀ, ਸਭ ਕੁਛ ਮਿਲਿਆ ਹੈ। ਸਭ ਮਿਲ ਰਿਹਾ? ਹਾਂਜੀ। ਸਰਕਾਰ ਤੁਹਾਡਾ ਪੂਰਾ ਧਿਆਨ ਰੱਖ ਰਹੀ? ਹਾਂਜੀ, ਹਾਂਜੀ। ਤੁਸੀਂ ਕਿਹੜੇ? ਰੋਪੜ ਤੋਂ? ਰੋਪੜ ਦੇ ਜੀ। ਹਾਂਜੀ, ਨਗਰ ਨਿਗਮ ਦੇ ਅੰਦਰ। ਹਾਂਜੀ। ਕਿੰਨੇ ਦਿਨ ਤੁਸੀਂ ਨੌਕਰੀ ਕਰਦੇ ਹੋ? ਸਾਨੂੰ ਹੋ ਗਿਆ ਜੀ 15-15 ਸਾਲ। 15 ਸਾਲ? ਅਤੇ ਦੂਜੀ ਗੱਲ ਇਹ ਹੈ ਵੀ ਅੱਜ ਕਰੋਨਾ ਦੇ ਕਰਕੇ ਜਿਹੜਾ ਤੁਹਾਡੀ ਡਿਊਟੀ ਲੱਗੀ ਹੋਈ ਹੈ, ਤੁਸੀਂ ਆਪਣੇ ਮਨੋਂ ਡਿਊਟੀ ਕਰ ਰਹੇ ਹੋ? ਹਾਂਜੀ, ਹਾਂਜੀ। ਅੱਛਾ ਜੀ, ਹਾਂ। ਚਲੋ, ਇਹਨਾਂ ਨੇ ਦੱਸਿਆ ਕਿ ਜਿਹੜੀ ਕਰੋਨਾ ਕਰਕੇ ਜੀ ਸਪੈਸ਼ਲ ਡਿਊਟੀ ਨਿਭਾਈ ਜਾ ਰਹੀ ਹੈ, ਅਤੇ ਉਹ ਸਪੈਸ਼ਲ ਮੰਥ ਨੂੰ ਜਿਹੜੀ ਸਾਰੀ ਡਿਊਟੀ ਕੀਤੀ ਜਾਂਦੀ ਹੈ, ਅਤੇ ਸਰਕਾਰ ਵੱਲੋਂ ਵੀ ਸਾਰੇ ਇਹਨਾਂ ਦੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਹੈ ਜਿਹਦੇ ਕਰਕੇ ਸੇਫਟੀ ਦੇ ਇਹਨਾਂ ਦੇ ਲਈ। ਅਤੇ ਅਸੀਂ ਹੋਰ ਚੌਂਕ ਦੇ ਵਿੱਚ ਚੱਲਦੇ ਹਾਂ, ਆਓ ਚੱਲਦੇ ਹਾਂ।